होशियारपुर स्थित आज सुबह एक निजी स्कूल की बस अचानक गांव के बच्चों को ले जाने जा रही थी कि अचानक होशियारपुर चंडीगढ़ के लिंक रोड पर जाते समय अचानक खेतों में जा गिरी, जिसमें बस सवार करीब 2 बच्चे जख्मी हो गए। बस में कुल 32 बच्चे बताए जा रहे हैं। अन्य बच्चों को बस को उठाने जा रही थी, जबकि बस चालक मुताबिक एक स्कूटर सवार को बचाने के चक्कर में ऐसा हुआ है। ਸਕੂਟਰੀ ਵਾਲਾ ਵੀ ਮੈਨੂੰ ਪਤਾ ਸੀ ਕੌਣ ਨਹੀਂ ਸੀ ਠੀਕ ਉਹ ਲੰਘੇ ਆ ਮੈਂ ਨਾ ਏਦਾਂ ਆ ਗੱਡੀ ਖੜੀ ਆ ਨਾ ਜੀ ਗੱਡੀ ਮੋੜਿਓ ਕੱਟ ਮਾਰ ਕੇ ਵੱਲੋਂ ਬ੍ਰੇਕ ਵੀ ਮੈਂ ਕਿਹਾ ਚਲੋ ਗੱਡਾ ਨਾ ਮਾੜਾ ਜੇ ਐਂ ਕਰਕੇ ਘੁਮਾ ਲੈਂਦਾ ਜੀ ਇੱਧਰਲੀ ਸਾਈਡ ਦੇਖਿਆ ਜਦੋਂ ਬੱਟ ਛੋਟੀ ਬੱਟ ਤੋਂ ਨਾ ਟਾਇਰ ਮਾੜਾ ਇੱਪ ਕਰ ਗਿਆ ਜੀ ਜੇ ਨਾ ਬਚਾਉਂਦੀ ਉਹ ਬੱਟ ਲੱਗੇ ਡੋਬ ਕਿਆ ਨੇ ਜੀ ਚਾਹ ਜੀ ਅਰੇ ਬੱਟ ਵੱਡੇ ਆ ਬੈਠੇ ਜੀ ਆ ਲੇਡੀ ਇੰਟੀ ਵੇ ਵਿੱਚ ਚਲੋ ਕੀ ਹੋਇਆ ਇੰਨੀ ਸਪੀਡ ਨਾ ਆਇਆ ਮੈਂ ਕਿਹਾ ਚੋਲੀ ਕਰੋਲੀ ਕਰੂੰਗਾ ਉਹ ਸਿਰੇ ਪਿਆ ਨਾ ਜੀ ਬ੍ਰੇਕ ਤੁਸੀਂ ਕਿਦਾਂ ਦੇਖ ਲਓ ਐਡੀ ਪਿੰਡੋਗੀ हाँ।